समस्या जी मंडी च सारिया समस्या ने जी। एक तो माल नहीं भर रहा, जे भर जाता चक्या नहीं जाता, गड्डिया नहीं मिलदिया, बिच गड्डिया अपने अपने सेंटर अंदर ढो जाते, दूए मिलदी नहीं गड्डिया जिन्होंने सेंटर नहीं, बारदाना नहीं मिलता, माल ना भरया जाता, जो भरया जाता चक्या नहीं जाता, जगह नहीं मिलती, कितने लंघन जगह नहीं मिलती, कितने खेतों खेतों से दो हिस्से खड़ी है जी, दो तो भी वध खड़ी है, मेरे को 600 किला जी अजे तक मशीन अज लाऊंगा, 600 किला जीरी का मेरे को। नाभा मंडी से दौरा किया, लिफ्टिंग कल नालों काफ़ी तेज़ हुई है, तो जेडे मेरे सारे अधिकारी ने फूड सप्लाई दे सिविल साइड तो सारे ने एश्योरेंस दी है कि दो दिन अभी जी लिफ्टिंग काफ़ी तेज़ हो जाएगी, ताकि जो अगला अनाज आना उसकी जगह बन जाए। ਜਿਵੇਂ 10 ਨੇ ਵੀ 30% ਹੈ 70% ਦੇ ਵਿੱਚ ਗਿਆ, ਕੀ ਲੱਗਦਾ ਹੋਰ ਕਿਤੇ ਕੰਮ ਨਹੀਂ ਕੀ ਸੰਭਵ ਨਹੀਂ? ਲਿਫਟਿੰਗ ਜਦ ਤੇਜ਼ ਹੋ ਜਾਏਗੀ ਤੇ ਦਿੱਕਤ ਆਉਂਦੀ ਜੀ, ਸਮੱਸਿਆ ਨਹੀਂ, ਕਿਉਂਕਿ ਨਵੇਂ ਮੇਰਾ ਚੈਲਰਸ ਨੇ ਇਹਨਾਂ ਨਾਲ ਐਗਰੀਮੈਂਟ ਕਰ ਲਏ ਹੈਗੇ ਨੇ, ਤੇ ਉਹ ਉਹਨਾਂ ਲਿਫਟਿੰਗ ਉਹਨਾਂ ਜਾਣ ਲੱਗ ਪਈ ਹੈਗੀ ਆ, ਮਾਲ ਜਾਣ ਲੱਗ ਪਿਆ ਹੈਗਾ, ਉਸ ਨਾਲ ਹੁਣ ਸਾਰਾ ਸਮੱਸਿਆ ਠੀਕ ਹੋ ਜਾਏਗੀ। ਕਿੰਨੇ ਪਰਸੈਂਟ ਪਰ ਤੇਜ਼ ਹੋ ਚੁੱਕੀ ਹੈ ਜੀ ਇਹ? ਐਸੇ ਤਾਂ ਜਿਹੜੇ ਬਾਰਦਾਨੇ ਦੀ ਸਮੱਸਿਆ ਵੀ ਆ ਰਹੀ ਹੈ, ਕਿ ਸ਼ਾਇਦ ਬਾਰਦਾਨਾ ਪੰਜਾਬ 'ਚ ਐਡੀਕੁਏਟ ਹੈਗਾ ਜੀ, ਪਰ ਬਾਰਦਾਨੇ ਕੋਈ ਸਮੱਸਿਆ ਨਹੀਂ, ਸਾਰੇ ਜ਼ਿਲ੍ਹੇ ਵਾਈਜ਼ ਫਾਲਤੂ ਵੀ ਹੈਗਾ। ਅੱਜ ਪਹਿਲੀ ਮੰਡੀ 'ਚ ਅਸੀਂ ਦੇਖੋ ਇਹਨਾਂ ਦੀ ਅੱਜ ਜਿਹੜੀ ਪ੍ਰੋਗਰੈਸ ਸੈਟਿਸਫੈਕਟਰੀ ਸੀ, ਇਹਨਾਂ ਦੀ ਹੁਣ ਲਿਫਟਿੰਗ ਪ੍ਰਕਿਓਰਮੈਂਟ ਬੜੀ ਅੱਛੀ ਹੈਗੀ ਆ, ਜ਼ਿਮੀਦਾਰ ਦੀ ਆਉਂਦੀ ਹੀ ਪ੍ਰਕਿਓਰ ਹੋ ਜਾਂਦੀ, 72 ਘੰਟੇ 'ਚ ਪੇਮੈਂਟ ਵੀ ਹੋ ਰਹੀ ਹੈਗੀ ਆ, ਜਿਹੜੀ ਲਿਫਟਿੰਗ ਦੀ ਕੁਛ ਸਮੱਸਿਆਵਾਂ ਆਈਆਂ ਸੀ ਮਿਲਰਸ ਨਾਲ ਉਹ ਰਿਜ਼ੋਲਵ ਹੋ ਰਹੀਆਂ ਨੇ, ਮੋਰ ਮਿਲਰਸ ਆ ਗਏ ਨੇ ਜਿਨ੍ਹਾਂ ਨੇ ਐਗਰੀਮੈਂਟ ਸਾਈਨ ਕਰ ਲਏ ਨੇ, ਉਸ ਨਾਲ ਲਿਫਟਿੰਗ ਕਾਫੀ ਅੱਛੀ ਹੋ ਜਾਏਗੀ। ਤੁਸੀਂ ਦੇਖ ਰਹੇ ਕਿ ਅੱਜ ਕਾਫੀ ਟਰੱਕ ਜਾ ਰਿਹਾ ਹੈਗਾ ਵਾ, ਤੁਹਾਨੂੰ ਵੀ ਦਿਖ ਰਿਹਾ ਕਿ ਲਿਫਟਿੰਗ ਤੇਜ਼ ਸਪੀਡ ਤੇਜ਼ ਹੋ ਚੁੱਕੀ ਹੈ। ਜਦ ਮੋਰ ਜਿੰਨੇ ਮਿਲਰਸ ਹੋਰ ਐਗਰੀਮੈਂਟ ਸਾਈਨ ਕਰਦੇ ਜਾਣਗੇ ਉਹਨਾਂ ਨਾਲ ਉਹਨਾਂ ਦੇ ਜਗ੍ਹਾ ਹੈਗੀ ਉੱਥੇ ਲਿਫਟਿੰਗ ਤੇਜ਼ ਹੋ ਜਾਏਗੀ। ਕੇਂਦਰ ਨਾਲ ਜਿਹੜੀ ਹੈਗੀ ਹੈ ਸੈਲਰੀ ਐਸੋਸੀਏਸ਼ਨ ਦੀ ਚੱਲ ਰਹੀ ਹੈ, ਉਹਦੇ ਨਾਲ ਲੱਗਦਾ ਕਿ ਇਸ ਸੈਂਟਰ ਜ਼ਿਆਦਾ ਹੋ ਜਾਏਗਾ, ਆਪਾਂ ਡਿਸਕਸ ਕਰ ਲਾਂਗੇ। ਮੰਡੀਆਂ ਦੇ ਵਿੱਚ ਅੱਜ ਵਿਜ਼ਿਟ ਕਰ ਰਹੇ ਹੈ, ਉਹਨਾਂ ਨੇ ਮੈਨੂੰ ਵੀ ਨਾਲ ਲਿਆ ਵੀ ਤੁਸੀਂ ਵੀ ਨਾਲ ਚੱਲੋ, ਅਤੇ ਅਸੀਂ ਮੈਂ ਕਮਿਸ਼ਨਰ ਸਾਹਿਬ ਦੇ ਨਾਲ ਆਏ ਹਾਂ, ਅਤੇ ਮੰਡੀ ਦੇ ਇੱਥੇ ਜਿਹੜਾ ਲਿਫਟਿੰਗ ਨੂੰ ਹੀ ਉਹ ਸਪੈਸ਼ਲ ਚੈੱਕ ਕਰਨ ਆਏ ਹੈ, ਅਤੇ ਮੈਂ ਜਿਹੜੀ ਇੱਥੇ ਲੱਗਿਆ ਮਾਹੌਲ ਦੀ ਠੀਕ ਜਿਹੜੀ ਹੈ ਸਲੋ ਹੈ ਹਜੇ, ਕਿਉਂਕਿ ਮੰਡੀ ਭਰੀ ਵੀ ਹੈ, ਬਟ ਉਹ ਸੈਲਰਾਂ ਦੇ ਜਿਵੇਂ ਜਿਵੇਂ ਐਗਰੀਮੈਂਟ ਹੋ ਰਹੇ ਆ ਕਮਿਸ਼ਨਰ ਸਾਹਿਬ ਨੇ ਦੱਸਿਆ, ਅਤੇ ਉਵੇਂ ਉਵੇਂ ਲਿਫਟਿੰਗ ਹੋ ਜੂਗੀ। ਪਰ ਅੱਜ ਖੁਸ਼ੀ ਦੀ ਗੱਲ ਇਹ ਆ ਵੀ ਜਿਵੇਂ ਆਈ ਸੀ ਵੀ ਬੰਦ ਹੈ, ਕਾਫੀ ਟਰੱਕ ਅੱਜ ਸਵੇਰ ਦੇ ਦੱਸਿਆ ਵੀ 30-35 ਟਰੱਕ ਤਾਂ ਚਲੇ ਵੀ ਗਏ ਅਤੇ ਹੋਰ ਵੀ ਚਲੇ ਜਾਣਗੇ, ਉਹਨੂੰ ਵੈਕੈਂਸੀ ਚਲੀ। ਪਰਪਸ ਇਹੀ ਆ, ਮੈਂ ਜਿਵੇਂ ਪੁਲਿਸ ਦਾ ਸਿੱਧਾ ਕੋਈ ਰੋਲ ਨਹੀਂ ਹੁੰਦਾ, ਪਰ ਕਮਿਸ਼ਨਰ ਸਾਹਿਬ ਨੇ ਜੇ ਵਿਜ਼ਿਟ ਕਰਨਾ ਅਤੇ ਇੱਦੋਂ ਤੁਸੀਂ ਦੇਖੋ ਗਵਰਨਮੈਂਟ ਦੀ ਸੀਰੀਅਸਨੈਸ ਕੀ ਆ ਵੀ ਹਾਇਸਟ ਲੈਵਲ ਦੇ ਇੱਕ ਆਪਣੇ ਕਮਿਸ਼ਨਰ ਜੇ ਡਿਵੀਜ਼ਨ ਦੇ ਆ ਅਤੇ ਉਹ ਮੰਡੀਆਂ ਨੂੰ ਵਿਜ਼ਿਟ ਕਰ ਰਹੇ ਆ, ਇਹਦਾ ਮਤਲਬ ਸਰਕਾਰ ਦੀ ਸੀਰੀਅਸਨੈਸ ਤਾਂ ਹੈਗੀ ਆ, ਅਤੇ ਇਸ ਕਰਕੇ ਸਾਰੇ ਅਫਸਰਸ ਨੂੰ ਵੀ ਇਹਨਾਂ ਨੇ ਡਾਇਰੈਕਸ਼ਨ ਦੇਣਗੇ, ਉਹਦੇ ਮੁਤਾਬਕ ਹੀ ਕੰਮ ਹੋਊਗਾ। ਪੰਜਾਬ ਵਿੱਚ ਕਾਫੀ ਧਰਨੇ ਵੀ ਚੱਲ ਰਹੇ ਨੇ, ਆਪਣੇ ਪਟਿਆਲੇ ਜਿਹੜੇ ਕਿਸ ਤਰ੍ਹਾਂ ਦੀ ਕੋਈ ਗੱਲ ਕਰਦੇ? ਦੇਖੋ ਧਰਨੇ ਦੀ ਇਵੇਂ ਗੱਲ ਅਸੀਂ ਕਹਿੰਦੇ ਹਾਂ ਵੀ ਜੇ ਜ਼ਿਮੀਦਾਰ ਦਾ ਫਸਲ ਮੰਡੀ ਆਵੇ ਅਤੇ ਉਹ ਵੇਚ ਕੇ ਘਰ ਨੂੰ ਚਲਿਆ ਜਾਵੇ, ਉਹ ਅਸੀਂ ਬਸ ਇਸੇ ਲਈ ਦੁਆਇਆ, ਜਿਹੜੀ ਵੈਦਰ ਗੋਡਸ ਨੂੰ ਅਸੀਂ ਪ੍ਰੇਅਰ ਕਰਦੇ ਹਾਂ ਕਿ ਮੌਸਮ ਸਹੀ ਰਹੇ, ਬਾਕੀ ਕਿਸਾਨ ਦੀ ਪ੍ਰੋਪਰਲੀ ਲਿਫਟਿੰਗ ਹੋ ਜਾਵੇ। ਹਜੇ ਪਟਿਆਲੇ ਦੇ ਵਿੱਚ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਆਈ, ਅਤੇ ਮੈਨੂੰ ਲੱਗਦਾ ਵੀ ਉਮੀਦ ਹੈ ਵੀ ਸੁੱਖ ਸਾਨ ਨਾ। ਸਮੱਸਿਆ 'ਚ ਮੰਡੀ 'ਚ ਸਾਰੀਆਂ ਸਮੱਸਿਆ ਨੇ ਜੀ, ਇੱਕ ਤਾਂ ਮਾਲ ਨਹੀਂ ਭਰ ਰਿਹਾ, ਜੇ ਭਰ ਜਾਂਦਾ ਚੱਕਿਆ ਨਹੀਂ ਜਾਂਦਾ, ਗੱਡੀਆਂ ਨਹੀਂ ਮਿਲਦੀਆਂ, ਵਿੱਚ ਗੱਡੀਆਂ ਆਪਣੇ ਆਪਣੇ ਸੈਂਟਰ ਅੰਦਰ ਢੋਈ ਜਾਂਦੀਆਂ ਵਿੱਚ, ਅਤੇ ਦੂਆਂ ਨੂੰ ਮਿਲਦੀਆਂ ਨਹੀਂ ਗੱਡੀਆਂ ਜਿਨ੍ਹਾਂ ਦੇ ਸੈਂਟਰ ਨਹੀਂ, ਬਾਰਦਾਨਾ ਨਹੀਂ ਮਿਲਦਾ, ਮਾਲ ਨਾ ਭਰਿਆ ਜਾਂਦਾ, ਜੇ ਭਰਿਆ ਜਾਂਦਾ ਚੱਕਿਆ ਨਹੀਂ ਜਾਂਦਾ, ਜਗ੍ਹਾ ਨਹੀਂ ਮਿਲਦੀ, ਕਿਤੇ ਲੰਘਣ ਨੂੰ ਜਗ੍ਹਾ ਨਹੀਂ ਮਿਲਦੀ, ਕਿਤੇ ਖੇਤਾਂ 'ਚ ਕਿੰਨੇ ਪਰਸੈਂਟ ਖੜੀ? ਖੇਤਾਂ 'ਚ ਤਾਂ ਜੇ ਦੋ ਹਿੱਸੇ ਖੜੀ ਹੈ ਜੀ, ਦੋ ਤੋਂ ਵੀ ਵੱਧ ਖੜੀ ਹੈ, ਮੇਰੇ ਕੋਲ 600 ਕਿੱਲਾ ਜੀ, ਅਜੇ ਤੱਕ ਮਸ਼ੀਨ ਅੱਜ ਲਾਊਂਗਾ, 600 ਕਿੱਲਾ ਜੀਰੀ ਦਾ ਮੇਰੇ ਕੋਲ। ਅੱਜ ਨਾਭਾ ਮੰਡੀ 'ਚ ਦੌਰਾ ਕੀਤਾ, ਲਿਫਟਿੰਗ ਕੱਲ੍ਹ ਨਾਲੋਂ ਕਾਫੀ ਤੇਜ਼ ਹੋਈ ਆ, ਅਤੇ ਜਿਹੜੇ ਮੇਰੇ ਸਾਰੇ ਅਧਿਕਾਰੀ ਨੇ ਫੂਡ ਸਪਲਾਈ ਦੇ ਸਿਵਲ ਸਾਈਡ ਤੋਂ ਸਾਰੇ ਨੇ ਐਸ਼ੋਰੈਂਸ ਦਿੱਤੀ ਹੈ ਕਿ 2 ਦਿਨਾਂ 'ਚ ਅਸੀਂ ਜਿਹੜੀ ਲਿਫਟਿੰਗ ਕਾਫੀ ਤੇਜ਼ ਹੋ ਜਾਏਗੀ, ਤਾਂ ਕਿ ਜਿਹੜਾ ਅਗਲਾ ਅਨਾਜ ਆਉਣਾ ਉਹਦੀ ਜਗ੍ਹਾ ਬਣ। ਜਿਵੇਂ 10 ਨੇ ਵੀ 30% ਹੈ 70% ਕੀ ਲੱਗਦਾ ਹੋਰ ਕਿਤੇ ਲਿਫਟਿੰਗ ਜਦ ਤੇਜ਼ ਹੋ ਜਾਏਗੀ ਤੇ ਦਿੱਕਤ ਆਉਂਦੀ ਜੀ, ਸਮੱਸਿਆ ਨਹੀਂ, ਕਿਉਂਕਿ ਨਵੇਂ ਮੇਰਾ ਚੈਲਰਸ ਨੇ ਇਹਨਾਂ ਨਾਲ ਐਗਰੀਮੈਂਟ ਕਰ ਲਏ ਹੈਗੇ ਨੇ, ਅਤੇ ਉਹ ਉਹਨਾਂ ਲਿਫਟਿੰਗ ਉਹਨਾਂ ਜਾਣ ਲੱਗ ਪਈ ਹੈਗੀ ਆ, ਮਾਲ ਜਾਣ ਲੱਗ ਪਿਆ ਹੈਗਾ, ਉਸ ਨਾਲ ਹੁਣ ਸਾਰਾ ਸਮੱਸਿਆ ਠੀਕ ਹੋ ਜਾਏਗੀ। ਕਿੰਨੇ ਪਰਸੈਂਟ ਪਰ ਤੇਜ਼ ਹੋ ਚੁੱਕੀ ਹੈ ਜੀ?
ਜਿਹੜੇ ਬਾਰਦਾਨੇ ਦੀ ਸਮੱਸਿਆ ਵੀ ਆ ਰਹੀ ਹੈ ਕਿ ਸ਼ਾਇਦ ਦੋ ਦਿਨ ਨਹੀਂ, ਬਾਰਦਾਨਾ ਪੰਜਾਬ 'ਚ ਐਡੀਕੁਏਟ ਹੈਗਾ ਜੀ, ਪਰ ਬਾਰਦਾਨੇ ਕੋਈ ਸਮੱਸਿਆ ਨਹੀਂ, ਸਾਰੇ ਜ਼ਿਲ੍ਹੇ ਵਾਈਜ਼ ਫਾਲਤੂ ਵੀ ਹੈਗਾ। ਅੱਜ ਪਹਿਲੀ ਮੰਡੀ 'ਚ ਅਸੀਂ ਦੇਖੋ ਇਹਨਾਂ ਦੀ ਅੱਜ ਜਿਹੜੀ ਪ੍ਰੋਗਰੈਸ ਸੈਟਿਸਫੈਕਟਰੀ ਸੀਗੀ, ਇਹਨਾਂ ਦੀ ਹੁਣ ਲਿਫਟਿੰਗ ਪ੍ਰਕਿਓਰਮੈਂਟ ਬੜੀ ਅੱਛੀ ਹੈਗੀ ਆ, ਜ਼ਿਮੀਦਾਰ ਦੀ ਆਉਂਦੀ ਹੀ ਪ੍ਰਕਿਓਰ ਹੋ ਜਾਂਦੀ, 72 ਘੰਟੇ 'ਚ ਪੇਮੈਂਟ ਵੀ ਹੋ ਰਹੀ ਹੈਗੀ ਆ। ਜਿਹੜੀ ਲਿਫਟਿੰਗ ਦੀ ਕੁਛ ਸਮੱਸਿਆਵਾਂ ਆਈਆਂ ਸੀ ਮਿਲਰਸ ਨਾਲ, ਉਹ ਰਿਜ਼ੋਲਵ ਹੋ ਰਹੀਆਂ ਨੇ, ਮੋਰ ਮਿਲਰਸ ਆ ਗਏ ਨੇ ਜਿਨ੍ਹਾਂ ਨੇ ਐਗਰੀਮੈਂਟ ਸਾਈਨ ਕਰ ਲਏ ਨੇ, ਉਸ ਨਾਲ ਲਿਫਟਿੰਗ ਕਾਫੀ ਅੱਛੀ ਹੋ ਗਈ। ਤੁਸੀਂ ਦੇਖ ਰਹੇ ਕਿ ਅੱਜ ਕਾਫੀ ਟਰੱਕ ਜਾ ਰਿਹਾ ਹੈਗਾ ਵਾ, ਤੁਹਾਨੂੰ ਵੀ ਦਿਖ ਰਿਹਾ ਕਿ ਲਿਫਟਿੰਗ ਤੇਜ਼ ਸਪੀਡ ਤੇਜ਼ ਹੋ ਚੁੱਕੀ ਹੈ। ਜਦ ਮੋਰ ਜਿੰਨੇ ਮਿਲਰਸ ਹੋਰ ਐਗਰੀਮੈਂਟ ਸਾਈਨ ਕਰਦੇ ਜਾਣਗੇ, ਉਹਨਾਂ ਨਾਲ ਉਹਨਾਂ ਦੇ ਜਗ੍ਹਾ ਹੈਗੀ ਉੱਥੇ ਲਿਫਟਿੰਗ ਤੇਜ਼ ਹੋ ਜਾਏਗੀ। ਕੇਂਦਰ ਨਾਲ ਜਿਹੜੀ ਹੈਗੀ ਹੈ ਸੈਲਰੀ ਐਸੋਸੀਏਸ਼ਨ ਦੀ ਚੱਲ ਰਹੀ ਹੈ, ਉਹਦੇ ਨਾਲ ਲੱਗਦਾ ਕਿ ਇਸ ਸੈਂਟਰ ਜ਼ਿਆਦਾ ਹੋ ਜਾਏਗਾ, ਆਪਾਂ ਡਿਸਕਸ ਕਰ ਲਾਂਗੇ। ਮੰਡੀਆਂ ਦੇ ਵਿੱਚ ਅੱਜ ਵਿਜ਼ਿਟ ਕਰ ਰਹੇ ਹੈ, ਉਹਨਾਂ ਨੇ ਮੈਨੂੰ ਵੀ ਨਾਲ ਲਿਆ ਵੀ ਤੁਸੀਂ ਵੀ ਨਾਲ ਚੱਲੋ, ਅਤੇ ਅਸੀਂ ਮੈਂ ਕਮਿਸ਼ਨਰ ਸਾਹਿਬ ਦੇ ਨਾਲ ਆਏ ਹਾਂ, ਅਤੇ ਮੰਡੀ ਦੇ ਇੱਥੇ ਜਿਹੜਾ ਲਿਫਟਿੰਗ ਨੂੰ ਹੀ ਉਹ ਸਪੈਸ਼ਲ ਚੈੱਕ ਕਰਨ ਆਏ ਹੈ, ਅਤੇ ਮੈਂ ਜਿਹੜੀ ਇੱਥੇ ਲੱਗਿਆ ਮਾਹੌਲ ਦੀ ਠੀਕ ਜਿਹੜੀ ਹੈ ਸਲੋ ਹੈ ਹਜੇ, ਕਿਉਂਕਿ ਮੰਡੀ ਭਰੀ ਵੀ ਹੈ, ਬਟ ਉਹ ਸੈਲਰਾਂ ਦੇ ਜਿਵੇਂ ਜਿਵੇਂ ਐਗਰੀਮੈਂਟ ਹੋ ਰਹੇ ਆ ਕਮਿਸ਼ਨਰ ਸਾਹਿਬ ਨੇ ਦੱਸਿਆ, ਅਤੇ ਉਵੇਂ ਉਵੇਂ ਲਿਫਟਿੰਗ ਹੋਜੂਗੀ। ਪਰ ਅੱਜ ਖੁਸ਼ੀ ਦੀ ਗੱਲ ਇਹ ਆ ਵੀ ਜਿਵੇਂ ਆਈ ਸੀ ਵੀ ਬੰਦ ਹੈ, ਕਾਫੀ ਟਰੱਕ ਅੱਜ ਸਵੇਰ ਦੇ ਦੱਸਿਆ ਵੀ 30-35 ਟਰੱਕ ਤਾਂ ਚਲੇ ਵੀ ਗਏ, ਅਤੇ ਹੋਰ ਵੀ ਚਲੇ ਜਾਣਗੇ, ਉਹਨੂੰ ਵੈਕੈਂਸੀ ਚਲੀ। ਪਰਪਸ ਇਹੀ ਆ, ਮੈਂ ਜਿਵੇਂ ਪੁਲਿਸ ਦਾ ਸਿੱਧਾ ਕੋਈ ਰੋਲ ਨਹੀਂ ਹੁੰਦਾ, ਪਰ ਕਮਿਸ਼ਨਰ ਸਾਹਿਬ ਨੇ ਜੇ ਵਿਜ਼ਿਟ ਕਰਨਾ ਅਤੇ ਇੱਦੋਂ ਤੁਸੀਂ ਦੇਖੋ ਗਵਰਨਮੈਂਟ ਦੀ ਸੀਰੀਅਸਨੈਸ ਕੀ ਆ ਵੀ ਹਾਇਸਟ ਲੈਵਲ ਦੇ ਇੱਕ ਆਪਣੇ ਕਮਿਸ਼ਨਰ ਜੇ ਡਿਵੀਜ਼ਨ ਦੇ ਆ ਅਤੇ ਉਹ ਮੰਡੀਆਂ ਨੂੰ ਵਿਜ਼ਿਟ ਕਰ ਰਹੇ ਆ, ਇਹਦਾ ਮਤਲਬ ਸਰਕਾਰ ਦੀ ਸੀਰੀਅਸਨੈਸ ਤਾਂ ਹੈਗੀ ਆ, ਅਤੇ ਇਸ ਕਰਕੇ ਸਾਰੇ ਅਫਸਰਸ ਨੂੰ ਵੀ ਇਹਨਾਂ ਨੇ ਡਾਇਰੈਕਸ਼ਨ ਦੇਣਗੇ, ਉਹਦੇ ਮੁਤਾਬਕ ਹੀ ਕੰਮ ਹੋਊਗਾ। ਪੰਜਾਬ ਵਿੱਚ ਕਾਫੀ ਧਰਨੇ ਵੀ ਚੱਲ ਰਹੇ ਨੇ ਆਪਣੇ ਪਟਿਆਲੇ, ਜਿਹੜੇ ਕਿਸ ਤਰ੍ਹਾਂ ਦੀ ਕੋਈ ਗੱਲ ਕਰਦੇ? ਦੇਖੋ ਧਰਨੇ ਦੀ ਇਵੇਂ ਗੱਲ ਅਸੀਂ ਕਹਿੰਦੇ ਹਾਂ ਵੀ ਜੇ ਜ਼ਿਮੀਦਾਰ ਦਾ ਫਸਲ ਮੰਡੀ ਆਵੇ ਅਤੇ ਉਹ ਵੇਚ ਕੇ ਘਰ ਨੂੰ ਚਲਿਆ ਜਾਵੇ, ਉਹ ਅਸੀਂ ਬਸ ਇਸੇ ਲਈ ਦੁਆਇਆ, ਜਿਹੜੀ ਵੈਦਰ ਗੋਡਸ ਨੂੰ ਅਸੀਂ ਪ੍ਰੇਅਰ ਕਰਦੇ ਹਾਂ ਵੀ ਮੌਸਮ ਸਹੀ ਰਹੇ, ਬਾਕੀ ਕਿਸਾਨ ਦੀ ਪ੍ਰੋਪਰਲੀ ਲਿਫਟਿੰਗ ਹੋ ਜਾਵੇ। ਹਜੇ ਪਟਿਆਲੇ ਦੇ ਵਿੱਚ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਆਈ, ਅਤੇ ਮੈਨੂੰ ਲੱਗਦਾ ਵੀ ਉਮੀਦ ਹੈ ਵੀ ਸੁੱਖ ਸਾਨ ਨਾਲ ਨਹੀਂ।